ये जड़े ही खेती आर्डिनेंस आ रहे हैं, ये असल च किसानां दी नहीं, सारे वर्गों की मौत के वरंट है। बिजली एक्ट 2020 आ रहा जिहड़ा, वह भी मुलाजमान के नहीं, किसानां मजदूरां दुकानदारां सारयां दे खिलाफ है। इस करके असी ये लड़ाई नूं कल्ले किसानां दी लड़ाई नहीं, सारे कट्ठे होकर लड़ांगे, तां ही इस आर्डिनेंसां नूं असी रोक सकते हैं। जे बिजली बोर्ड का निजीकरण हुंदा है जां खुल्ले मंडियां जिहड़ियां उह बंद हुंदियां, तां किसानां दी जिहड़ी जिंदगी है उन्हें पहले ही जिहड़ी बर्बाद है उन्हें होर बर्बाद होना है। तो ये नाल निजीकरण के नाल इन्हां ने अडानियां बानियां नूं दे देना इहनूं बिजली बोर्ड नूं, जिहदे च जिहड़ियां मिलदियां सबसिडियां ते क्रास सबसिडियां वह बंद होणगियां, ते होर किसानां दे उत्ते ते मजदूरां दे उत्ते ते सारयां दे उत्ते जिहड़ा होर बोझ पैणा इहदा। लोग इकट्ठे हो के मनजीत धनेर की सज़ा रद्द करा सकते गवर्नर तो जिहड़ी होई सी, तां लोग इन्हां आर्डिनेंसां नूं भी रद्द करा देणगे, ये मेरा मानना है जी। ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀਗਾ ਪਿਛਲੇ ਦਿਨੀ ਵੀ ਜਿਹੜਾ ਦਿੱਲੀ ਵੱਲ ਪੂਛ ਕਰੋ ਮੈਂ ਤੁਹਾਡੇ ਨਾਲ ਹਾਂ। ਅਸੀਂ ਤਾਂ ਦੋਨੇ ਹੱਥ ਜੋੜ ਕੇ ਆਣੇ ਜੀ, ਸਾਡੇ ਨਾਲ ਤੁਰੋ, ਪਰ ਨਹੀਂ ਤੁਰਦੇ। ਮਹਿਲਾਂ 'ਚੋਂ ਨਿਕਲ ਕੇ ਨਹੀਂ ਰਾਜੀ, ਬਾਹਰ ਨਿਕਲਣ ਸਾਡੇ ਨਾਲ ਤੁਰਨ, ਸੜਕਾਂ 'ਤੇ ਆਉਣ। ਜੇ ਕਿਸਾਨ ਹੈ ਤਾਂ ਅੱਛੀ ਹੈ, ਤੋ ਮਹਿਲਾਂ ਦੇ ਵਿੱਚ ਬਹਿ ਕੇ ਇਹ ਗੱਲਾਂ ਕਰਨੀਆਂ, ਇਹ ਕੋਈ ਕਿਸਾਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ। ਇੱਕ ਇਹ ਮਲ ਮਿਲਾਉਂਦੇ ਕਿਸਾਨਾਂ, ਜਦੋਂ ਕਿਸਾਨ ਖਤਮ ਹੋ ਗਿਆ A to Z ਕਿਸਾਨੀ ਖਤਮ ਹੋ ਜੂਗੀ, ਔਰ ਵਪਾਰੀਆਂ ਦੇ ਹੱਥ 'ਚ ਇਹਨਾਂ ਨੇ ਦੇ ਦੇਣਾ। ਉਸ ਤੋਂ ਬਾਅਦ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਿਹਾੜੀ ਕਰਨੀ ਪਊਗੀ, ਔਰ ਆਰਥਿਕ ਵਰਗ ਵੀ ਜਿਹੜਾ ਸਾਡਾ ਸਾਰੇ ਸ਼ੈਲਰ ਬਣਿਆ, ਸਾਰੇ ਇਹ ਖੰਡਰ ਬਣ ਕੇ ਰਹਿ ਜਾਣਗੇ। ਅਗਲਾ ਪ੍ਰੋਗਰਾਮ ਸਾਡਾ ਜਿੰਨੀਆਂ ਪੰਜਾਬ ਦੀਆਂ ਜਥੇਬੰਦੀਆਂ ਜੀ, ਹਿੰਦੁਸਤਾਨ ਦੀਆਂ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਊਗੀਆਂ, ਔਰ ਜਿਵੇਂ ਸਾਨੂੰ ਉੱਤੋਂ ਸੱਦਾ ਆਊਗਾ ਦਿੱਲੀ ਜਾਣਾ ਪਿਆ ਦਿੱਲੀ ਜਾਵਾਂਗੇ, ਚੰਡੀਗੜ੍ਹ ਜਾਣਾ ਪਿਆ ਚੰਡੀਗੜ੍ਹ ਜਾਵਾਂਗੇ, ਪਰ ਅਸੀਂ ਕੁਰਬਾਨੀ ਦੇਣ ਨੂੰ ਤਿਆਰ ਹਾਂ। ਆਰਡੀਨੈਂਸ ਰੱਦ ਕਰਾ ਕੇ ਰਵਾਂਗੇ, ਘਰ ਘਰ ਕਿਸਾਨ ਜਾਗ ਪਿਆ, ਘਰ ਘਰ ਦੇ ਵਿੱਚ ਗੱਲ ਜਾਵੜੀ ਆ, ਸੋਸ਼ਲ ਮੀਡੀਆ ਦੇ ਰਾਹੀਂ ਮੋਬਾਈਲਾਂ ਦੇ ਰਾਹੀਂ ਸਾਰਿਆਂ ਨੂੰ ਆਰਡੀਨੈਂਸ ਦਾ ਪਤਾ ਵੀ ਇਹਦਾ ਨੁਕਸਾਨ ਕੀ ਹੈ ਜੀ, ਪਰ ਅਸੀਂ ਜਿੰਨਾ ਚਿਰ ਕੁਰਬਾਨੀ ਦੇ ਕੇ ਉਦੋਂ ਬਾਅਦ 'ਚ ਰੱਦ ਹੋ ਜਾਣ ਪਰ ਪਹਿਲਾਂ ਕੁਰਬਾਨੀ ਦੇਵਾਂਗੇ। ਇਹ ਜੀ ਜਿਹੜਾ 25 ਨੂੰ ਸਾਰੇ ਜਥੇਬੰਦੀਆਂ ਨੇ, ਔਰ ਸੜਕਾਂ ਜਿਹੜੀਆਂ 10 ਵਜੇ ਤੋਂ ਲੈ ਕੇ 4 ਵਜੇ ਤੱਕ, ਰੇਲਾਂ ਰੋਕਣੀਆਂ ਸਾਰੀਆਂ 10 ਤੋਂ 4 ਵਜੇ ਤੱਕ, ਸਾਰਾ ਪੰਜਾਬ ਹੀ ਸੜਕਾਂ 'ਤੇ ਆਊਗਾ ਔਰ ਰੇਲਾਂ ਰੋਕੂਗਾ, ਕਿਉਂਕਿ ਕੇਂਦਰ ਸਰਕਾਰ ਨੂੰ ਦਿੱਲੀ ਨੂੰ ਪਤਾ ਲੱਗ ਸਕੇ ਲੋਕ ਜਾਗ ਪਏ ਆ, ਕਿਸਾਨ ਜਾਗ ਪਏ ਆ, ਮਜ਼ਦੂਰ ਜਾਗ ਪਏ ਆ, ਦੁਕਾਨਦਾਰ ਜਾਗ ਪਏ ਆ, ਪਰ ਆਰਡੀਨੈਂਸ ਅਸੀਂ ਉਹਨਾਂ ਚਿਰ ਘਰੇ ਟੈਕ ਨਹੀਂ ਪੈਂਦੇ ਜਿੰਨਾ ਚਿਰ ਰੱਦ ਨਹੀਂ ਹੁੰਦੇ। ਲੋਕਾਂ ਨੂੰ 75 ਸਾਲਾਂ ਦੇ ਵਿੱਚ ਇਹਨਾਂ ਨੇ ਮੂਰਖ ਬਣਾਇਆ, ਮੂਰਖ ਬਣਾਉਣ ਤੋਂ ਇਲਾਵਾ ਇਹਨਾਂ ਨੇ ਕੁਛ ਨਹੀਂ ਕੀਤਾ ਅਤੇ ਨਾ ਹੀ ਕੁਛ ਇਹਨਾਂ ਨੇ ਕਰਨਾ। ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਇੱਕ ਡਰਾਮਾ, ਭਾਰਤੀ ਕਿਸਾਨ ਯੂਨੀਅਨ ਨੇ ਫੂਕਿਆ ਮੋਦੀ ਦਾ ਪੁਤਲਾ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਿਸਾਨ ਆਰਡੀਨੈਂਸ ਨੂੰ ਲੈ ਕੇ ਕਿਸਾਨ ਹੁਣ ਸੜਕਾਂ 'ਤੇ ਉਤਰ ਆਏ ਹਨ ਅਤੇ ਦਿਨ ਰਾਤ ਕਿਸਾਨਾਂ ਵੱਲੋਂ ਇਸ ਆਰਡੀਨੈਂਸ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਨੇ ਹੁਣ ਇਸ ਸੰਘਰਸ਼ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਪਿੰਡਾਂ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣੇ ਸ਼ੁਰੂ ਕਰ ਦਿੱਤੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਹਰੀ ਕੇ ਕਲਾਂ ਵਿਖੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਹ ਜਿਹੜੇ ਮਾਡਲ ਇਹਨਾਂ ਨੇ ਬਹੁਤ ਚਿਰ ਪਹਿਲਾਂ ਇਹ ਬਾਹਰਲੀਆਂ ਕੰਟਰੀਆਂ 'ਚ ਅਮੈਰੀਕਾ 'ਚ UK ਵਗੈਰਾ 'ਚ ਵੀ ਇਹ ਲਾਗੂ ਹੋ ਚੁੱਕਿਆ। ਡਾਕਟਰ ਦਵਿੰਦਰ ਸ਼ਰਮਾ ਦੀ ਤੁਸੀਂ ਰਿਪੋਰਟ ਸੁਣ ਸਕਦੇ ਹੋ ਇਹਦੇ 'ਤੇ, ਉਹ ਖੇਤੀਬਾੜੀ ਮਾਹਰ ਨੇ ਉਹਨਾਂ ਨੇ ਦੱਸਿਆ ਕਿ ਇਹ ਬਿਲਕੁਲ ਫਲੋਪ ਹੋ ਚੁੱਕੇ ਆ ਅਮਰੀਕਾ ਦੇ ਕਿਸਾਨਾਂ 'ਤੇ। ਜੇ ਤੁਸੀਂ ਆਪਣੇ ਪੰਜਾਬ ਦੇ ਕਿਸਾਨਾਂ ਵੱਲੋਂ ਵੇਖੋ ਕਈ ਗੁਣਾ ਜ਼ਿਆਦਾ ਕਰਜ਼ਾ ਚੜ੍ਹ ਚੁੱਕਿਆ, ਉੱਥੋਂ ਦੇ ਲੋਕ ਵੀ ਇਹਨਾਂ ਨੇ ਤਬਾਹ ਕਰਤੇ ਔਰ ਇਹ ਫਲਾਪ ਮਾਡਲ ਚੱਕ ਕੇ ਇੰਡੀਆ 'ਚ ਥੁੱਪਣਾ ਚਾਹੁੰਦੇ ਆ। ਕਿਉਂ ਤੁਹਾਨੂੰ ਲੱਗਦਾ ਵੀ ਕਿ ਸਰਕਾਰ ਹੈ ਜਿਹੜੀ ਅਵਾਨੀ ਡਵਾਨੀ ਨੂੰ ਜਾਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ? ਤੇ ਬਿਲਕੁਲ ਜੀ, ਹਜੇ ਤੱਕ ਉਹਨਾਂ ਨੂੰ ਪਹੁੰਚਾਇਆ। ਸਾਡਾ ਇੱਕ ਆਲੂ, ਸਾਡੇ ਤਾਂ ਬੋਰੀਆਂ ਸੜਕਾਂ 'ਤੇ ਰੋਲਦੀਆਂ, ਇਹਨਾਂ ਦੇ ਇੱਕ ਆਲੂ ਲੇਸ ਦੇ ਪੈਟ 'ਚ 20 ਰੁਪਈਏ 'ਚ ਹੁੰਦਾ, ਇਹ ਕੀ ਹੈ? ਜੇ 70 ਸਾਲਾਂ ਤੋਂ ਜੇ ਵੇਖੀਏ ਤਾਂ ਇਤਿਹਾਸ ਵੇਖੀਏ, ਇਹਨਾਂ ਨੇ ਸਾਰਿਆਂ ਦਾ ਖੂਨ ਹੀ ਨਿਚੋੜਿਆ ਅਤੇ ਹੁਣ ਤਾਂ ਅੰਤ ਹੋ ਗਈ। ਹੁਣ ਤਾਂ ਅਸੀਂ ਕਹਿੰਦੇ ਵੀ ਇਹਦੇ ਉੱਤੇ ਕੁਛ ਨਹੀਂ ਹੋ ਸਕਦਾ, ਇਹ ਮਰਜ਼ੀ ਆ। ਇਹ ਤਾਂ ਹਜੇ 1500 ਨੂੰ ਵੇਖਦਾ, ਜੇ ਇਹ 3 ਲਾਗੂ ਰਹੇ ਤਾਂ ਹੋ ਸਕਦਾ 500 ਨੂੰ ਚੱਕਣ। ਪਹਿਲਾਂ ਥੋੜ੍ਹੀ ਅਵੇਅਰਨੈਸ ਦੀ ਕਮੀ ਸੀ, ਪਹਿਲਾਂ ਠੀਕ ਹੈ ਲੋਕ ਪਾਰਟੀਆਂ ਮਗਰ ਤੁਰਦੇ ਸੀ, ਪਰ ਹੁਣ ਇੱਕ ਲੋਕ ਲਹਿਰ ਬਣ ਚੁੱਕੀ ਆ। ਹੁਣ ਇਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲੂਗੀ ਹੀ ਨਿਕਲੂਗੀ। ਬਹੁਤ ਸਾਰੇ ਕਿਸਾਨ ਭਰਾ ਸਾਡੇ ਨਾਲ ਬਹੁਤ ਸਹਿਯੋਗ ਦੇ ਰਹੇ ਆ, ਭਾਵੇਂ ਉਹ ਕਿਸੇ ਛੋਟੀ ਜ਼ਮੀਨ ਜਾਇਦਾਦ ਦਾ ਮਾਲਕ ਹੈ, ਭਾਵੇਂ ਉਹ ਵੱਡੀ ਜ਼ਮੀਨ ਜਾਇਦਾਦ ਦਾ ਮਾਲਕ ਹੈ, ਸਾਰੇ ਹੀ ਇਹ ਸੰਘਰਸ਼ ਹੁਣ ਆ ਰਹੇ ਆ। ਜੇ ਇਹੀ ਅਸਤੀਫਾ 3-4 ਮਹੀਨੇ ਪਹਿਲਾਂ ਦਿੱਤਾ ਹੁੰਦਾ ਤਾਂ ਸ਼ਾਇਦ ਇਹਨਾਂ ਜਿਹੜਾ ਆਰਡੀਨੈਂਸ ਲਾਗੂ ਕਰਨ ਦੀ ਬਜਾਏ ਇਹਨਾਂ 'ਤੇ ਪਹਿਲਾਂ ਕੋਈ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਹੋ ਸਕਦਾ ਸੀ। ਜੇ ਹੁਣ ਦੇਤਾ ਤਾਂ ਹੁਣ ਤਾਂ ਫਾਹਾ ਦਿੱਤਾ ਪਿਆ ਜੀ, ਹੁਣ ਤਾਂ ਰੱਸਾ ਖਿੱਚਣਾ ਖਿੱਚ ਲਓ। ਇਸ ਸਮੇਂ ਕਿਸਾਨ ਆਗੂਆਂ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਸਾਰੇ ਕਿਸਾਨ ਇੱਕਜੁੱਟ ਹੋ ਚੁੱਕੇ ਹਨ ਅਤੇ ਹੁਣ ਇਸ ਖੇਤੀ ਆਰਡੀਨੈਂਸ ਨੂੰ ਰੱਦ ਕਰਵਾ ਕੇ ਹੀ ਰਹਿਣਗੇ। ਉਹਨਾਂ ਸਰਕਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ 25 ਸਤੰਬਰ ਨੂੰ ਪੰਜਾਬ ਦੀਆਂ ਸੜਕਾਂ ਅਤੇ ਰੇਲ ਆਵਾਜਾਈ ਬੰਦ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਇੱਕ ਡਰਾਮਾ ਹੈ ਅਤੇ ਹੁਣ ਕਿਸਾਨਾਂ ਦੇ ਹਿਤੈਸੀ ਬਣਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਪਰ ਕਿਸਾਨ ਹੁਣ ਜਾਗ ਉੱਠਿਆ ਹੈ ਅਤੇ ਹੁਣ ਕਿਸਾਨਾਂ ਨਾਲ ਆੜ੍ਹਤੀਆ ਮਜ਼ਦੂਰ ਅਤੇ ਹੋਰ ਵੀ ਸੰਘਰਸ਼ੀ ਜਥੇਬੰਦੀਆਂ ਜੁੜ ਚੁੱਕੀਆਂ ਹਨ।
उन्हां हरसिमरत कौर बादल नूं कड़े हत्थी लैंदे कहा कि यह अस्तीफा 4 महीने पहलां भी दे सकते सन जो उन्होंने हुण कीता ਉਹ ਸਭ ਕਿਸਾਨਾਂ ਦੇ ਸੰਘਰਸ਼ ਕਾਰਨ ਕੀਤਾ ਹੈ। ਥਾਣਾ ਦੇ ਹਤੈਸ਼ੀ ਹੁੰਦੇ ਤਾਂ ਜੀ ਉਹ 3 ਮਹੀਨੇ ਦੇ ਆਰਡੀਨੈਂਸ ਦਾ ਰੌਲਾ ਪਈ ਜਾਂਦਾ, ਉਦੋਂ ਦਾ ਅਸਤੀਫਾ ਦਿੰਦੇ ਪਹਿਲਾਂ ਦਿੰਦੇ, ਹੁਣ ਸਿਰਫ ਇਹ ਵੋਟਾਂ ਦਾ ਸਟੰਟ ਹੈ ਇਹਨਾਂ ਦਾ, ਲੋਕ ਪਰ ਧੈਜਦੇ ਨਹੀਂ। ਅਸੀਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਬੇਨਤੀ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਵਰਗੀ ਸਾਥ ਨਾ ਦਿੱਤਾ, ਅਸੀਂ ਪਿੰਡਾਂ ਦੇ ਵਿੱਚ ਵੜ ਨਹੀਂ ਦੇਣਗੇ ਔਰ ਉਹਨਾਂ ਨੂੰ ਘੇਰ ਘੇਰ ਕੇ ਵਿਰੋਧ ਕਰਾਂਗੇ। ਕੋਈ ਵੀ ਪਾਰਟੀ ਦਾ ਨੁਮਾਇੰਦਾ ਭਾਵੇਂ ਅਸੀਂ ਪਿੰਡਾਂ ਦੇ ਵਿੱਚ ਐਂਟਰ ਨਹੀਂ ਹੁੰਦੇ ਵਾਂਗੇ। ਜਿਹੜੀ ਅਕਾਲੀ ਦਲ ਪਹਿਲਾਂ ਇਸ ਦੀ ਪ੍ਰੋਟਾ ਕਰਦੀ ਸੀ ਵੀ ਇਹ ਜਿਹੜਾ ਬਿੱਲ ਹੈ ਇਹ ਬੜਾ ਵਧੀਆ ਹੈ, ਇਹ ਇੱਕ ਕਿਸਾਨਾਂ ਦੇ ਹਿੱਤਾਂ 'ਚ ਹੈ, ਇਹ ਮੋਦੀ ਸਾਹਿਬ ਜਾਂ ਕਿਸਾਨੀ ਦੀ ਜਿਹੜੀ ਬਦਲਣਾ ਚਾਹੁੰਦੇ ਆ ਤਕਦੀਰ, ਅਤੇ ਹੁਣ ਨਹੀਂ ਲੱਗਦਾ ਤੁਹਾਨੂੰ ਵੀ ਅਕਾਲੀ ਦਲ ਨੇ ਯੂ ਟਰਨ ਲੈ ਲਿਆ? ਯੂ ਟਰਨ ਇਸ ਕਰਕੇ ਲਿਆ ਜਿਹੜਾ 15 ਤਰੀਕ ਦੇ ਅਸੀਂ ਪੰਜਾਬ ਦੇ ਵਿੱਚ ਰੋਡ ਜਾਮ ਕੀਤੇ ਆ। ਇਹਨਾਂ ਨੇ ਜਦੋਂ ਵੇਖਿਆ ਕਿਸਾਨ ਜਾਗ ਪਿਆ, ਕਿਸਾਨਾਂ ਨੂੰ ਸਾਰਾ ਪਤਾ ਲੱਗ ਗਿਆ, ਉਸ ਤੋਂ ਬਾਅਦ ਦੂਜੇ ਦਿਨ ਇਹਨਾਂ ਨੇ ਅਸਤੀਫਾ ਲੈ ਲਿਆ ਔਰ ਕਿਸਾਨਾਂ ਦੇ ਰੋਹ ਨੂੰ ਵੇਖ ਕੇ ਇਹਨਾਂ ਨੇ ਯੂ ਟਰਨ ਮਾਰਿਆ। ਪਰ ਕਿਸਾਨ ਤਾਂ ਐਸੀ ਕੋਈ ਵੀ ਪਾਰਟੀ ਹੈ ਨਹੀਂ ਗੀ। ਕੈਪਟਨ ਨੇ ਵੀ ਸਾਡੇ ਨਾਲ ਵਾਅਦੇ ਕੀਤੇ ਸੀ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ, ਕੈਪਟਨ ਮਨਪ੍ਰੀਤ ਨੇ ਵੀ ਉਸੇ ਆਰਡੀਨੈਂਸ ਦੇ ਸਹਿਮਤੀ 'ਚ ਸਾਈਨ ਕੀਤੇ ਆ ਔਰ ਲੋਕਾਂ ਨੂੰ ਮੂਰਖ ਬਣਾਉਂਦੇ ਆ, ਅਸੀਂ ਆਰਡੀਨੈਂਸ ਦੇ ਵਿਰੁੱਧ ਹਾਂ, ਪਰ ਕੋਈ ਇਹ ਲੀਡਰ ਵਿਰੁੱਧ ਹੈ ਨਹੀਂ। ਉਹਨਾਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਕਿਸਾਨਾਂ ਨਾਲ ਨਹੀਂ ਖੜ੍ਹਦੀ ਤਾਂ ਕਿਸਾਨਾਂ ਵੱਲੋਂ ਕਿਸੇ ਵੀ ਪਾਰਟੀ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਭਾਰਤ ਸੰਦੇਸ਼ ਲਈ ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਬੜਿੰਗ ਦੀ ਰਿਪੋਰਟ।